ਸਤਿ ਸ਼੍ਰੀ ਅਕਾਲ ਸਭ ਨੂੰ, ਮੈਂ ਹਾਜ਼ਰ ਹਾਂ ਜੀ ਇੱਕ ਨਵੀਂ ਨੋਟੀਫਿਕੇਸ਼ਨ ਲੈ ਕੇ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਿਰੋਜ਼ਪੁਰ ਵਿੱਚ ਪੀਐਨ ਦੀਆਂ ਪੋਸਟਾਂ ਦੀ ਨੋਟੀਫਿਕੇਸ਼ਨ ਆਈ ਹੈ ਜੀ। ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਜੀ ਇਹਨਾਂ ਪੋਸਟਾਂ ਬਾਰੇ, ਕੀ ਐਲੀਜੀਬਿਲਟੀ ਹੈ, ਕੀ ਆਖਰੀ ਤਰੀਕ ਹੈ, ਕੀ ਇੰਟਰਵਿਊ ਡੇਟ ਹੈ। ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੋ ਸਾਡੇ ਇਸ ਚੈਨਲ 'ਤੇ ਨਵੇਂ ਵਿਜ਼ਿਟ ਹੋਏ ਨੇ, ਲਾਈਕ, ਸ਼ੇਅਰ, ਉਸ ਤੋਂ ਇਲਾਵਾ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਬੈਲ ਆਈਕੋਨ ਨੂੰ ਕਲਿੱਕ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਪੂਰੀ ਡਿਟੇਲ ਵਿੱਚ ਗੱਲ ਕਰਦੇ ਹਾਂ ਜੀ ਇਹਨਾਂ ਪੋਸਟਾਂ ਬਾਰੇ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਜੀ ਪੀਐਨ ਦੀਆਂ ਪੋਸਟਾਂ ਨੇ, ਟੋਟਲ 5 ਪੋਸਟਾਂ ਨੇ। ਜਰਨਲ ਦੀਆਂ 2 ਨੇ, ਜਰਨਲ EWS ਕੈਂਡੀਡੇਟਸ ਨੇ ਜੋ ਇੱਕ ਪੋਸਟ ਹੈ, SC ESM ਕੈਂਡੀਡੇਟਸ ਨੇ ਇੱਕ ਪੋਸਟ ਹੈ, SC ਕੈਟਾਗਰੀ ਦੀ ਇੱਕ ਪੋਸਟ ਹੈ। ਪੇ ਸਕੇਲ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਪੋਸਟਾਂ ਦੀ ਜੋ ਪੇ ਸਕੇਲ ਹੋਏਗੀ 5900 ਤੋਂ 10680 ਪਲੱਸ 1650 GB ਗ੍ਰੇਡ ਪੇ ਹੋਏਗਾ। ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਪੋਸਟਾਂ ਦੀ ਜੋ ਕੁਆਲੀਫਿਕੇਸ਼ਨ ਹੈ ਜੀ, ਮਿਡਲ ਪਾਸ, 8ਵੀਂ ਪਾਸ ਹੋਣਾ ਲਾਜ਼ਮੀ ਹੈ। ਉਸ ਤੋਂ ਇਲਾਵਾ ਪੰਜਾਬੀ ਜੋ ਸਬਜੈਕਟ ਹੈ ਉਸ ਦੀ ਨੌਲੇਜ ਆਪਾਂ ਨੂੰ ਹੋਣੀ ਜ਼ਰੂਰੀ ਹੈ, ਪੜ੍ਹਨੀ ਬੋਲਣੀ ਲਿਖਣੀ ਆਉਣੀ ਜ਼ਰੂਰੀ ਹੈ। ਏਜ ਲਿਮਿਟ ਦੀ ਗੱਲ ਕਰੀਏ ਤਾਂ ਏਜ ਲਿਮਿਟ ਹੈ ਜੋ ਇਹਨਾਂ ਪੋਸਟਾਂ ਦੀ ਏਜ ਲਿਮਿਟ 18 ਤੋਂ 35 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਭਰ ਸਕਦੇ ਨੇ। ਉਸ ਤੋਂ ਇਲਾਵਾ ਇਹ ਹੈ ਜੀ ਪ੍ਰੋਫੋਰਮਾ ਜੋ ਆਪਾਂ ਭਰ ਕੇ ਭੇਜਣਾ ਹੈ। ਸਭ ਤੋਂ ਪਹਿਲਾਂ ਤੁਸੀਂ ਇਸ ਪ੍ਰੋਫੋਰਮੇ ਦਾ ਜੋ ਨਾਮ ਹੈ, ਆਪਣਾ ਨਾਮ ਹੈ ਉਹ ਫਿਲ ਕਰਨਾ ਹੈ ਵੱਡੇ ਅੱਖਰਾਂ 'ਚ, ਬਲੋਕ ਲੈਟਰਸ 'ਚ, ਕੈਪੀਟਲ ਲੈਟਰਸ 'ਚ। ਉਸ ਤੋਂ ਇਲਾਵਾ ਫਾਦਰ ਨੇਮ, ਉਸ ਤੋਂ ਬਾਅਦ ਜੋ ਆਪਣਾ ਐਡਰੈਸ ਹੈ ਉਹ ਫਿਲ ਕਰਨਾ ਹੈ, ਡੇਟ ਆਫ ਬਰਥ ਫਿਲ ਕਰਨੀ ਹੈ, ਕੁਆਲੀਫਿਕੇਸ਼ਨ, ਨੈਸ਼ਨੈਲਿਟੀ ਇੰਡੀਅਨ ਫਿਲ ਕਰਨੀ ਹੈ। ਉਸ ਤੋਂ ਬਾਅਦ ਜੋ ਵੀ ਤੁਹਾਡੇ ਕੋਲ ਜੇ ਕੋਈ ਐਕਸਪੀਰੀਅੰਸ ਹੈਗਾ ਤਾਂ ਫਿਲ ਕਰਨਾ ਹੈ। ਲਿਸਟ ਆਫ ਅਟੈਚ ਡਾਕੂਮੈਂਟ ਜੋ ਤੁਸੀਂ ਇਸ ਪਰਫੋਰਮੇ ਦੇ ਨਾਲ ਆਪਣੇ ਡਾਕੂਮੈਂਟ ਲਗਾਓਗੇ, ਜਿਵੇਂ ਕੋਈ 8ਵੀਂ ਦਾ ਸਰਟੀਫਿਕੇਟ ਦੀ ਫੋਟੋ ਕਾਪੀ ਹੋ ਗਈ, ਜਾਂ ਐਕਸਪੀਰੀਅੰਸ ਸਰਟੀਫਿਕੇਟ ਹੋ ਗਿਆ, ਜਾਂ ਡੇਟ ਆਫ ਬਰਥ ਸਰਟੀਫਿਕੇਟ ਹੋ ਗਿਆ, ਜਾਂ ਕੋਈ ਵੀ ਹੈ ਉਹ ਇੱਥੇ ਫਿਲ ਕਰਨੀ ਹੈ। ਕੈਟਾਗਰੀ ਕਿਹੜੀ ਹੈ, SC ਜਰਨਲ ਕਿਹੜੀ ਕੈਟਾਗਰੀ ਤੋਂ ਤੁਸੀਂ ਬਿਲੋਂਗ ਕਰਦੇ ਹੋ। ਉਸ ਤੋਂ ਇਲਾਵਾ ਕੋਈ ਸਪੈਸ਼ਲ ਐਪਟੀਟਿਊਡ ਤੁਹਾਡੇ ਕੋਲ ਹੈਗਾ ਤਾਂ ਉਹ ਤੁਸੀਂ ਫਿਲ ਕਰਨਾ, ਨਹੀਂ ਤਾਂ ਲੋੜ ਹੀ ਨਹੀਂ ਹੈ। ਉਸ ਤੋਂ ਬਾਅਦ ਮੋਬਾਈਲ ਨੰਬਰ, ਆਪਣਾ ਈਮੇਲ ID ਜ਼ਰੂਰ ਫਿਲ ਕਰਨੀ ਹੈ, ਡੇਟ ਪਾ ਦੇਣੀ ਹੈ। ਉਸ ਤੋਂ ਇਲਾਵਾ ਆਪਣੇ ਜੋ ਸਿਗਨੇਚਰ ਹੈ, ਜੋ ਵੀ ਕੈਂਡੀਡੇਟ ਸੈਂਡ ਕਰੇਗਾ ਪਰਫੋਰਮਾ, ਆਪਣੇ ਸਿਗਨੇਚਰ ਇਸ ਜਗ੍ਹਾ 'ਤੇ ਕਰ ਦੇਣੇ ਹੈ। ਉਸ ਤੋਂ ਇਲਾਵਾ ਇਹ ਤੁਸੀਂ ਲਾਸਟ ਤਰੀਕ ਹੈ ਜੋ ਇਹਨਾਂ ਫਾਰਮਾਂ ਦੀ, 13 ਮਾਰਚ 2020 ਸ਼ਾਮੀ 5 ਵਜੇ ਤੀਕਰ ਇਹਨਾਂ ਫਾਰਮਾਂ ਦੀ ਲਾਸਟ ਤਰੀਕ ਹੈ। ਇਸ ਤਰੀਕ ਤੀਕਰ ਤੁਸੀਂ ਇਹ ਫਾਰਮ ਭਰ ਕੇ ਬਾਏ ਪੋਸਟ ਰਾਹੀਂ ਸੈਂਡ ਕਰਨੇ ਨੇ ਜੀ। ਸੈਂਡ ਕਰਨ ਦਾ ਜੋ ਐਡਰੈਸ ਹੈਗਾ ਹੈ ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਿਰੋਜ਼ਪੁਰ 'ਤੇ ਤੁਸੀਂ ਸੈਂਡ ਕਰ ਦੇਣੇ ਆ। ਇਹ ਜੋ ਸੈਂਡ ਪਰਫੋਰਮੇ ਦੇ ਨਾਲ ਤੁਸੀਂ ਅਟੈਸਟਡ ਫੋਟੋ ਕਾਪੀਜ਼, ਕੁਆਲੀਫਿਕੇਸ਼ਨ ਦੀ, ਬਰਥ ਸਰਟੀਫਿਕੇਟ, ਡੇਟ ਆਫ ਬਰਥ ਜੋ ਵੀ ਹੋਏਗੀ ਤੁਹਾਡੀ, ਉਸ ਤੋਂ ਬਾਅਦ ਕੈਟਾਗਰੀ ਜਿਸ ਵੀ ਕੈਟਾਗਰੀ ਤੋਂ ਤੁਸੀਂ ਬਿਲੋਂਗ ਕਰਦੇ ਉਸਦਾ ਸਰਟੀਫਿਕੇਟ, ਉਸ ਤੋਂ ਇਲਾਵਾ 2 ਅਟੈਸਟਡ ਪਾਸਪੋਰਟ ਸਾਈਜ਼ ਫੋਟੋਗ੍ਰਾਫਸ, ਕਲਰ ਫੋਟੋਗ੍ਰਾਫ ਤੁਸੀਂ ਇਸ ਪਰਫੋਰਮੇ ਨਾਲ ਸੈਂਡ ਕਰਨੇ ਨੇ। ਉਸ ਤੋਂ ਇਲਾਵਾ ਇੰਟਰਵਿਊ ਦੀ ਆਪਾਂ ਗੱਲ ਕਰ ਲੈਂਦੇ ਜੀ, ਇੰਟਰਵਿਊ ਕਿਸ ਤਰੀਕ ਨੂੰ ਹੈ। ਜੋ ਆਪਣੀ ਇੰਟਰਵਿਊ ਹੋਏਗੀ ਉਹ ਆਪਣੇ ਨਾਮ ਦੇ ਹਿਸਾਬ ਨਾਲ ਹੋਏਗੀ, ਜਿਨ੍ਹਾਂ ਦਾ ਨਾਮ ਏ ਤੋਂ ਲੈ ਕੇ ਜੀ 'ਤੇ ਸਟਾਰਟ ਹੁੰਦਾ ਹੈ 24/3/2020 ਨੂੰ ਉਹਨਾਂ ਕੈਂਡੀਡੇਟਸ ਦੀ ਇੰਟਰਵਿਊ ਹੈ ਜੀ। ਐੱਚ ਤੋਂ ਲੈ ਕੇ ਐੱਨ 'ਤੇ ਜਿਨ੍ਹਾਂ ਦਾ ਨਾਮ ਸਟਾਰਟ ਹੁੰਦਾ ਹੈ 25/3/2020 ਨੂੰ ਇੰਟਰਵਿਊ ਹੈ। ਓ ਤੋਂ ਲੈ ਕੇ ਆਰ 'ਤੇ ਜਿਨ੍ਹਾਂ ਦਾ ਨਾਮ ਸਟਾਰਟ ਹੁੰਦਾ ਹੈ ਉਹਨਾਂ ਦੀ ਇੰਟਰਵਿਊ 26/3/2020 ਨੂੰ ਹੈ। ਐੱਸ ਤੋਂ ਲੈ ਕੇ ਜੈੱਡ 'ਤੇ ਜਿਨ੍ਹਾਂ ਦਾ ਨਾਮ ਸਟਾਰਟ ਹੁੰਦਾ ਹੈ ਉਹਨਾਂ ਦੀ ਇੰਟਰਵਿਊ 27/3/2020 ਨੂੰ ਹੈ ਜੀ। ਉਸ ਤੋਂ ਇਲਾਵਾ ਜੋ ਇੰਟਰਵਿਊ ਦਾ ਟਾਈਮ ਹੈ ਜੀ, ਸਵੇਰੇ 10 ਵਜੇ ਤੁਸੀਂ ਪਹੁੰਚਣਾ ਹੈ ਜੀ ਆਫਿਸ ਦੇ ਵਿੱਚ, ਡਿਸਟ੍ਰਿਕਟ ਕੋਰਟ ਜੋ ਵੀ ਆਫਿਸ ਹੈ। ਉਸ ਤੋਂ ਇਲਾਵਾ ਤੁਸੀਂ ਇਸ ਪਰਫੋਰਮੇ ਵਿੱਚ ਆਪਣਾ ਕੰਟੈਕਟ ਨੰਬਰ ਅਤੇ ਈਮੇਲ ID ਜ਼ਰੂਰ ਮੈਂਸ਼ਨ ਕਰਨੀ ਹੈ, ਜ਼ਰੂਰ ਪਾਉਣੀ ਹੈ। ਇਹ ਪਰਫੋਰਮਾ ਤੁਸੀਂ 13/3/2020 ਸ਼ਾਮੀ 5 ਵਜੇ ਤੋਂ ਪਹਿਲਾਂ ਸੈਂਡ ਕਰ ਦੇਣੇ ਆ। ਬਾਈ ਪੋਸਟ ਡਾਕਖਾਨੇ ਰਾਹੀਂ ਤੁਸੀਂ ਸੈਂਡ ਕਰਨੇ ਆ। ਜੇ ਤੁਸੀਂ ਫਿਰੋਜ਼ਪੁਰ ਏਰੀਏ ਦੇ ਨਜ਼ਦੀਕ ਹੀ ਰਹਿੰਦੇ ਹੋ ਤਾਂ ਬਾਈ ਹੈਂਡ ਵੀ ਤੁਸੀਂ ਦੇ ਸਕਦੇ ਹੋ ਇਹ ਪਰਫੋਰਮਾ। ਉਸ ਤੋਂ ਇਲਾਵਾ ਤੁਸੀਂ ਜੋ ਵੀ ਇਸਦਾ ਲਿੰਕ ਹੋਏਗਾ ਪਰਫੋਰਮੇ ਦਾ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿਆਂਗਾ, ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਉਸ ਤੋਂ ਇਲਾਵਾ ਇਹ ਨੋਟੀਫਿਕੇਸ਼ਨ ਦੀ ਜੋ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਉਸਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਦੇ ਦਿਆਂਗਾ, ਤੁਸੀਂ ਉੱਥੋਂ ਡਾਊਨਲੋਡ ਕਰ ਲੈਣਾ।
ਲਾਸਟ ਤਰੀਕ ਮੈਂ ਇੱਕ ਵਾਰੀ ਫਿਰ ਦੱਸ ਦਿਆਂ ਜੀ, 13/3/2020 ਸ਼ਾਮੀ 5 ਵਜੇ ਤੀਕਰ ਤੁਸੀਂ ਇਹ ਪੋਸਟਾਂ ਨੂੰ ਫਿਲ ਕਰਨਾ ਹੈ। ਫਿਲ ਕਰਕੇ ਤੁਸੀਂ ਉੱਥੋਂ ਡਾਕਖਾਨੇ ਰਾਹੀਂ ਤੁਸੀਂ ਇਹ ਬਾਏ ਪੋਸਟ ਕਰਨੇ ਆ ਜੀ, ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਿਰੋਜ਼ਪੁਰ। ਵੀਡੀਓ ਚੰਗੀ ਲੱਗੇ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹ ਸਭ ਨੂੰ ਪਤਾ ਲੱਗ ਸਕੇ। ਧੰਨਵਾਦ।